ਤੇਰੇ ਦੇ ਉੱਤੇ ਇਹੋ ਜਿਹੀਆਂ ਕੱਟ ਮਾਸ਼ਾਅੱਲਾ ਮੌਜੂਜ਼ੀਨ ਦਾ ਅਸੀਂ ਤੁਹਾਡੇ ਲਈ ਮਸ਼ਹੂਰ ਹੈ ਔਰ ਤਮਾਮ ਮੌਜੂਜ਼ੀਨ ਦੇ ਵੀ ਮਸ਼ਹੂਰ ਹੈ ਕਿ ਤੁਸੀਂ ਸਾਨੂੰ ਇੱਡੀ ਇੱਜ਼ਤ ਦਿੱਤੀ ਹੈ ਕਿ ਸੌਗਾਲ ਸੁਣਾਵਣ ਦਾ ਔਰ ਸੁਣਨ ਦਾ ਮੌਕਾ। ਅਜ਼ੀਜ਼ੋ, ਕਹਾਣੀ ਦਾ ਸਿਵਾਏ ਗਮ ਦੁੱਖ ਤਾਰਾ ਤੋਂ ਇਲਾਵਾ ਕੋਈ ਕਹੀ ਕਹਾਣੀ ਜ਼ੁਲਮ ਜਬਰ ਦੁੱਖ ਦਰਦ ਔਰ ਗਮ ਦੀ ਕਹਾਣੀ ਹੈ। ਹਲਕਾ ਐਨੇ 161 ਜਿਹਦਾ ਮੈਂ ਉਮੀਦਵਾਰ ਹਾਂ, ਤਰਾਸੂ ਦੇ ਨਿਸ਼ਾਨ ਦੇ ਮੈਂ ਅਰਸਲਾਨ ਖਾਨ ਸਾਹਿਬ ਔਰ ਮੀਆਂ ਮੁਹੰਮਦ ਰਿਆਜ਼ ਜੋਈਆ ਸਾਹਿਬ ਤੁਹਾਡੀ ਛੋਟੀ ਸੀਟ BP 239 ਦੇ ਤਰਾਸੂ ਦੇ ਵੱਲੋਂ ਉਮੀਦਵਾਰ। ਅਜ਼ੀਜ਼ੋ, ਦੁੱਖ ਦਰਦ ਦੀ ਕਹਾਣੀ ਤਾਂ ਤੁਹਾਡੀ ਉਹਨਾਂ ਨਸਲਾਂ ਤੋਂ ਸ਼ੁਰੂ ਥੀਂਦੀ ਹੈ ਜਿਤਨੀ ਨਸਲਾਂ ਕੋਲ ਪੁਰਾਣਾ ਤੁਸਾਂ ਆਲਮਦਾਰ ਦੇ ਡਾਡੇ ਕੋ ਵੱਲ ਉਹਦੇ ਵਾਲਿਦ ਸਾਹਿਬ ਕੋ ਔਰ ਵੱਲ ਹੁਣ ਉਹਨੂੰ ਤੁਸਾਂ ਇਸਤਾਂ ਔਰ ਸਿਹਰੇ ਪਵਾਉਂਦੇ ਆਏ ਹੋ ਔਰ ਉਹ MLA ਰਹਿ ਕੀ ਹਲਕੇ ਦੇ ਹੁਕਮਰਾਨ ਰਹਿ ਵਜ਼ਾਰਤਾਂ ਔਰ ਇਸਤਾਂ ਤੁਹਾਡੇ ਹੱਥੋਂ ਕੋ ਪਾ ਇਵੇਂ ਹੈ ਕਿ ਨਹੀਂ। ਲੇਕਿਨ ਜਵਾਬਨ ਉਹਨਾਂ ਨੇ ਇੱਕ ਇੱਜ਼ਤਦਾਰ ਆਦਮੀ ਉਹ ਹੋ ਜਾਏ ਜਿਹਨੂੰ ਇੱਜ਼ਤ ਦਿੱਤੀ ਜਾਵੇ, ਜਿਹਨੂੰ ਕਦਰ ਦਿੱਤੀ ਜਾਵੇ, ਤਾਂ ਉਹ ਜਵਾਬ ਉਹਦੇ ਕੋਲ ਵੱਧ ਕੇ ਇੱਜ਼ਤ ਔਰ ਕਦਰ ਦੇਵੇ। ਲੇਕਿਨ ਸਭ ਤੋਂ ਪਹਿਲੀ ਦੁੱਖ ਦੀ ਗੱਲ ਜਿਹੜੀ ਮੈਂ ਤੁਹਾਨੂੰ ਆਖੀ ਆਈ ਉਹ ਇਹ ਹੈ, ਗਮ ਦੀ ਗੱਲ ਇਹ ਹੈ ਕਿ ਅਸਾਂ ਆਲਮਦਾਰ ਨੂੰ ਇੱਜ਼ਤਾਂ ਦਿੱਤੀਆਂ, MLA ਬਣਾਇਆ, ਮਨਿਸਟਰ ਬਣਾਇਆ, ਇਹਨੇ ਸਾਨੂੰ ਜਵਾਬ ਕੋਈ ਇੱਜ਼ਤ ਨਹੀਂ ਦਿੱਤੀ। ਜੀ ਤਰੀਕੇ ਦੇ ਨਾਲ ਇਹ ਤੁਹਾਡੇ ਕੋਲੋਂ ਵੋਟ ਮੰਗਣ ਆਉਂਦਾ, ਖੈਰ ਹੁਣ ਤਾਂ ਇਤਨਾ ਮਗਰੂਰ ਥੀ ਕੀ ਹੈ, ਉਹ ਆਖਦਾ ਜੀ ਮੈਨੂੰ ਤਾਂ ਹੁਣ ਵੋਟ ਮੰਗਣ ਵਾਸਤੇ ਮੰਗਣ ਦੀ ਲੋੜ ਹੀ, ਮੈਨੂੰ ਤਾਂ ਲੋਕ ਖੁਦ ਆ ਕੇ ਵੋਟ ਦੇ ਸਨ ਔਰ ਉਹਨੇ ਹਰ ਕਈ ਕੀ ਫੁੱਟੂ ਫਿੱਟ ਕੀਤੀ ਪਈ ਹੈ ਔਰ ਜਨਾਬ ਮੈਂ ਤੈਨੂੰ ਵੀ ਨਾਲ ਲਵਾਂਗਾ, ਤੈਨੂੰ ਵੀ ਨਾਲ ਲਵਾਂਗਾ, ਤੈਨੂੰ ਵੀ ਲਵਾਂਗਾ। ਉਹਦੇ ਅੱਗੇ ਮੁਜ਼ਜ਼ੀਨ ਹੈ ਇਲਾਕੇ ਵਿੱਚ, ਉਹ ਟੁਰਦੇ ਔਰ ਉਹ ਬਣ ਕੇ ਵੋਟ ਮੰਗਦੇ ਨੇ, ਵੋਟ ਪਵਾ ਲੈਂਦੇ।